ਆ ਪਿਆਰੀ 84 ਦੇ ਵਿੱਚ ਸਿੰਘਾਂ ਦੇ ਉੱਪਰ ਝੂਠੇ ਪੁਲਿਸ ਮੁਕਾਬਲੇ ਬਣਾ ਕਰਕੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ। ਮਾਰਨ ਵਾਲੇ ਵੀ ਆਪਣੇ ਸਨ ਤੇ ਮਰਾਉਣ ਵਾਲੇ ਵੀ ਆਪਣੇ ਸਨ। ਆ ਸ਼ਾਇਰ ਬੜਾ ਪਿਆਰਾ ਲਿਖਦਾ, ਸਾਰੀ ਧਿਆਨ ਦਿਆ ਜੇ। ਸਿਆਣੇ ਸੱਚੀਆਂ ਗੱਲਾਂ ਆਖਦੇ ਨੇ, ਜਦੋਂ ਵੀ ਸਾਨੂੰ ਮਾਰ ਪੈਂਦੀ ਹੈ ਆਪਣਿਆਂ ਤੋਂ ਮਾਰ ਪੈਂਦੀ। ਰੁੱਖ ਰੋ ਪਿਆ ਕੁਹਾੜੇ ਵਿੱਚ ਦੇਖ ਦਸਤਾ, ਉਹ ਤੱਕ ਜੜਾਂ ਨੂੰ ਲਾਇਆ ਤਾਂ ਆਪਣੇ ਨੇ। ਓਏ ਬੁਲਬੁਲ ਰੋ ਪਈ ਮਾਲੀ ਦੇ ਹੱਥ ਵੇਖ ਸੂਈ, ਛੇਕ ਫੁੱਲਾਂ ਵਿੱਚ ਪਾਇਆ ਤਾਂ ਆਪਣੇ ਨੇ। ਉਹ ਮੁਰਦਾ ਰੋ ਪਿਆ ਬਦਲਦੀ ਵੇਖ ਦੁਨੀਆ, ਲਾਂਬੂ ਚਿਖਾਂ ਨੂੰ ਲਾਇਆ ਤਾਂ ਆਪਣੇ ਨੇ। ਉਹ ਬਾਜਾ ਵਾਲੇ ਦੇ ਪੁੱਤ ਸ਼ਹੀਦ ਹੋ ਗਏ ਨੀਹਾਂ ਵਿੱਚ ਚਣਵਾਇਆ ਤਾਂ ਆਪਣੇ ਨੇ। ਪਰ ਆ ਗੁਰੂ ਦਾ ਖਾਲਸਾ ਨਾ ਤਿਆਰ ਪਰ ਤਿਆਰ, ਇਹ ਕਿਸੇ ਤੋਂ ਨਹੀਂ ਡਰਦਾ। ਆ ਸਰਕਾਰਾਂ ਆਪਣੇ ਮਨ ਦੇ ਅੰਦਰੋਂ ਪ੍ਰੀਖਾ ਕਰਦੇ ਨੇ। ਅਸੀਂ ਕਲਗੀਧਰ ਪਾਤਸ਼ਾਹ ਦੇ ਬੱਬਰ ਸ਼ੇਰ ਪੁੱਤ, ਸਾਡੇ ਪਾਤਸ਼ਾਹ ਨੇ ਆਪਣੇ ਪੁੱਤਰਾਂ ਨਾਲ ਵੱਧ ਕੇ ਸਾਨੂੰ ਪਿਆਰ ਦਿੱਤਾ। ਸ਼ਾਇਰ ਕਹਿੰਦਾ, ਓਏ ਕੌਣ ਪੁੱਛਦਾ ਕਾਵਾ ਤੇ ਕੁੱਤਿਆਂ ਨੂੰ, ਓਏ ਪਿੰਜਰੇ ਬੰਦ ਹਮੇਸ਼ਾ ਦੇ ਸ਼ੇਰ ਹੁੰਦੇ, ਉਹਨਾਂ ਕੌਮਾਂ ਨੂੰ ਸਦਾ ਜਹਾਨ ਪੂਜੇ, ਉਹ ਜਿਹਨਾਂ ਕੌਮਾਂ ਦੇ ਮਰਦ ਦਲੇਰ ਹੁੰਦੇ। ਉਹ ਬੇੜਾ ਕੌਮ ਦਾ ਉਦੋਂ ਹੈ ਗਰਕ ਹੁੰਦਾ ਜਦੋਂ ਆਪਣਾ ਹੀ ਕੋਈ ਗਦਾਰ ਹੋਵੇ। ਵਾਰਿਸ ਕੌਮ ਦੇ ਜੇਕਰ ਹੁਣ ਚੰਗਿਆ, ਸਿੱਖ ਕੌਮ ਦੀ ਕਦੇ ਨਾ ਹਾਰ ਹੋਵੇ। ਜੇ ਕੋਈ ਸਿੰਘ ਸੱਚ ਦੀ ਆਵਾਜ਼ ਉਠਾਉਂਦਾ, ਚੱਕ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਂਦਾ। ਕਦੇ ਸਾਡੇ ਇਤਿਹਾਸ ਉੱਪਰ ਹਮਲੇ ਹੁੰਦੇ, ਕਦੇ ਸਾਡੇ ਗੁਰੂ ਗ੍ਰੰਥ ਉੱਪਰ ਹਮਲੇ ਹੁੰਦੇ, ਉਹ ਦੋਖੀ ਨਹੀਂ ਸਰਕਾਰਾਂ ਨੂੰ ਦਿਸਦੇ, ਸਾਡੇ ਹੀ ਸਿੰਘ ਚੱਕ ਕੇ ਜੇਲ੍ਹਾਂ ਵਿੱਚ ਬੰਦ ਕੀਤੇ ਜਾਂਦੇ ਨੇ ਨਾ ਪਿਆਰਿਓ। ਇਸ ਤਰ੍ਹਾਂ ਗੱਲ ਨਹੀਂ ਬਣਨੀ। ਸਾਡੇ ਗੁਰੂ ਸਾਹਿਬਾਨਾਂ ਨੇ ਵੀ ਸਾਨੂੰ ਆਖਿਆ ਕਿ ਜੇ ਕੋਈ ਵਾਰ ਕਰਦਾ ਨਾ ਤੇ ਵਾਰ ਸਹਿ ਲਓ, ਤੇ ਅੱਗੋਂ ਦੂਣਾ ਜਵਾਬ ਦੇਣਾ। ਦੂਣਾ ਇੱਟ ਦਾ ਜਵਾਬ ਪੱਥਰ ਦੇ ਨਾਲ ਦਿਓ, ਪੱਥਰ ਦੇ ਨਾਲ। ਤੇ ਅਸੀਂ ਵੀ ਵਧੀਆ ਤੋਂ ਵਧੀਆ ਹਥਿਆਰ ਰੱਖਣੇ ਨੇ ਆਪਣੇ ਕੋਲ। ਮੇਰੇ ਵੀਰੋ, ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ, ਜਿਹੋ ਜਿਹੇ ਕਲਗੀਧਰ ਪਾਤਸ਼ਾਹ ਨੇ ਸਾਨੂੰ ਪੱਗ ਬਣਾਇਆ ਨਾ, ਉਹੋ ਜਿਹੇ ਅਸੀਂ ਪੱਗ ਬਣ ਜਾਈਏ। ਤੇ ਮੇਰੀਓ ਭੈਣੋ, ਜੇ ਅਣਖ ਨਾਲ ਜੀਣਾ ਚਾਹੁੰਦੀਆਂ ਨਾ ਤਾਂ ਰਾਈਫਲਾਂ ਬਣ ਕੇ ਜੀਓ। ਆਓ ਵੇਖੀਏ, ਸਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭੰਡਰਾਂ ਵਾਲੇ ਮਹਾਂਪੁਰਖਾਂ ਨੇ ਜਦੋਂ ਇਹਨਾਂ ਮਾਰੀਆਂ ਸਰਕਾਰਾਂ ਦੀਆਂ ਕਾਲੀਆਂ ਕਰਤੂਤਾਂ ਵੇਖੀਆਂ ਨਾ, ਅੱਜ ਤੋਂ ਨਰਕ ਧਾਰੀਆ ਬਾਬੀ ਗੁਰਬਚਨਾ, ਇਹਨੇ 1978 ਈਸਵੀ ਨੂੰ ਵਿਸਾਖੀ ਵਾਲੇ ਦਿਨ 13 ਸਿੰਘ ਸ਼ਹੀਦ ਕੀਤੇ, ਫਿਰ ਵੀ ਇਹਦੇ ਉੱਪਰ ਕੋਈ ਮੁਕੱਦਮਾ ਜਾਰੀ ਨਹੀਂ ਕੀਤਾ ਗਿਆ। ਫਿਰ ਸਿੱਖ ਕੌਮ ਨੇ ਬੜੀ ਬਾਹ ਲਾਈ, ਇੱਥੇ ਪਿਆਰੇ ਧਿਆਨ ਦਿਆ ਜੇ, ਸਿੱਖ ਕੌਮ ਨੇ ਬੜੀ ਬਾਹ ਲਾਈ ਕਿ ਇਸ ਪਾਪੀ ਨੂੰ 13 ਸਿੰਘਾਂ ਦੇ ਕਤਲ ਦੀ ਸਜ਼ਾ ਜ਼ਰੂਰ ਮਿਲੇ। ਫਿਰ ਵੀ ਇਹਦੇ ਉੱਪਰ ਇੱਕ ਮੁਕੱਦਮਾ ਜਾਰੀ ਹੋਇਆ, ਉਸ ਵਿੱਚੋਂ ਵੀ ਇਹਨੂੰ ਕਰਨਾਲ ਦੀ ਅਦਾਲਤ ਦੇ ਵਿੱਚੋਂ ਅਕਾਲੀਆਂ ਦੇ ਲੀਡਰ ਉਮਰਾ ਨੰਗਲ ਦੀ ਗਵਾਹੀ ਹੇਠ ਬਾਇੱਜ਼ਤ ਬਰੀ ਕਰ ਦਿੱਤਾ ਗਿਆ। ਇਹ ਵੇਖ ਕੇ ਸਿੱਖ ਕੌਮ ਦੇ ਹਿਰਦੇ ਵਲੁੰਦ ਰਹਿ ਗਏ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭੰਡਰਾਂ ਵਾਲੇ ਮਹਾਂਪੁਰਖ, ਉਹਨਾਂ ਨੇ ਦੱਸ ਦਿੱਤਾ, ਬਈ ਖਾਲਸਾ ਜੀ ਹਥਿਆਰ ਚੁੱਕ ਲਓ, ਜਿਵੇਂ ਸੰਤਾਂ ਨੇ ਕੌਮ ਦੀ ਨੌਜਵਾਨੀ ਨੂੰ ਲਲਕਾਰ ਕੇ ਹੰਕਾਰ ਕੇ ਹਥਿਆਰ ਚੁੱਕਣ ਵਾਸਤੇ ਆਖਿਆ, ਆਓ ਉਹਨਾਂ ਸਤਰਾਂ ਨੂੰ ਢਾਡੀ ਜਿੱਥੇ ਪਾਸੇ ਸੁੱਟ ਦੇ ਜਾਣਾ ਜੀ।